ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਥੂਲ ਨੰਗਲ ਇਲਾਕੇ 'ਚ ਇੱਕ ਰੇਲਵੇ ਕਰਮਚਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਲਾਸ਼ ਖੇਤਾਂ ਦੇ ਨਜ਼ਦੀਕ ਬਰਾਮਦ ਹੋਈ ਹੈ, ਜੋ ਕਿ ਤਨਖਾਹ ਕਢਵਾ ਕੇ ਘਰ ਜਾ ਰਿਹਾ ਸੀ। ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੇਤ ਦੇ ਨਾਲ ਹੀ ਸੜਕ ਦੇ ਨਾਲ ਲੱਗਦੇ ਮੱਕੀ ਦੇ ਖੇਤ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ, ਜਿਸ ਦੀ ਆਈਡੈਂਟੀਫਿਕੇਸ਼ਨ ਬੂਆ ਮਾਸੀ ਦੇ ਤੌਰ ਤੇ ਹੋਈ ਹੈ। ਇਹ ਤਲਵੰਡੀ ਘੁੰਮਣ ਦੇ ਰਹਿਣ ਵਾਲੇ ਆ, ਰੇਲਵੇ ਕਰਮਚਾਰੀ ਨੇ, ਗੈਂਗਮੈਨ ਹੈ ਰੇਲਵੇ ਦੇ, ਅਤੇ ਇਹ ਅੱਜ ਇੱਥੇ ਮਿਲੀ ਸੀ। ਮਤਲਬ ਇਹਨਾਂ ਦੀ ਡੈੱਡ ਬੋਡੀ, ਮਤਲਬ ਸਟੈਬ ਇੰਜਰੀਜ਼ ਨੇ, ਔਰ ਅਸੀਂ ਕਾਰਵਾਈ ਕਰਨ ਜਾ ਰਹੇ। ਮ੍ਰਿਤਕ ਵਿਅਕਤੀ ਦੇ ਬੇਟੇ ਦਾ ਕਹਿਣਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਜਿਸ ਵੱਲੋਂ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ, ਉਸ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੋਈ ਕਿਸੇ ਨਾਲ ਰੰਜਿਸ਼ ਬਾਜੀ ਸੀ? ਨਹੀਂ ਸਰ, ਇੱਦਾਂ ਦੀ ਕੋਈ ਗੱਲਬਾਤ ਨਹੀਂ ਸਾਡੀ ਪਿੰਡ 'ਚ ਵੀ, ਨਾ ਕਿਸੇ ਨਾਲ ਲਾਗਤ ਬਾਜੀ, ਨਾ ਕੋਈ ਇਹੋ ਜਿਹੀ ਗੱਲ ਹੈਗੀ। ਸਰ ਹੁਣ ਪਤਾ ਲੱਗਾ ਆਪਾਂ ਕੰਮ ਤੋਂ ਆਏ, ਤੁਹਾਨੂੰ ਵੀ ਕਿਸੇ ਨੇ ਦੱਸਿਆ ਵੀ ਇੱਦਾਂ ਤੁਹਾਡੇ ਡੈਡੀ ਦੀ ਉੱਥੇ ਇੱਦਾਂ ਗੱਲਬਾਤ ਹੋਈ, ਤਾਂ ਉੱਥੇ ਹੋ ਗਈ। ਇਸ ਦਾ ਪਤਾ ਜਾਂਚ ਆਉਣ ਤੋਂ ਬਾਅਦ ਹੀ ਲੱਗੇਗਾ।